असलम जी अस्सलात व सलाम अलैका या रसूल या रसूल अल्लाह व अला आरी का साहब का या सदिया हबीब अल्ला अल्लाह मसल मोहम्मद इम वाल आलि मुहमद वेलकम हो गया जी पिजन कॉर्नर चैनल दोस्तों खुशादीद हो गया जी मैं सर मुस्कुराए इसलिए रहा मैं क्या कबूतरबाजी का एक फैक्ट वा वो फैक्ट ये है कि मैं जिनी बारी भी कोई बहुत अच्छी चीज़ बहुत मुनासिब कीमत देने की कोशिश कीती ना दोस्तों को पसंद ही नहीं आई हैगी ਹਾਲਾਂਕਿ ਬਲੀਵ ਕਰੋ ਕਿ ਉਹ ਚੀਜ਼ ਏਡੀ ਕਿ ਅੱਛੀ ਹੁੰਦੀ ਸੀ ਹੈ ਨਾ ਕਿ ਜਿਸ ਤਰ੍ਹਾਂ ਅੱਜ ਮੇਰੇ ਹੱਥ 'ਚ ਇੱਕ ਕਬੂਤਰ ਆ ਇਹਨੂੰ ਮਮੂਲੀ ਜਾਂ ਪੱਕਾ ਲਖਵਾ ਲੇਕਿਨ ਹਮੇਸ਼ਾ ਬ੍ਰਾਂਡਡ ਕਬੂਤਰਾਂ ਨੂੰ ਇਹ ਮਸਲੇ ਬੰਦੇ ਰਹਿੰਦੇ ਹੁੰਦੇ ਆ ਠੀਕ ਆ ਲੇਕਿਨ ਇਹ ਕਬੂਤਰ ਦਾ ਮੈਂ ਸ਼ੌਕ ਕਰਉਣਾ ਵਾ ਮੈਂ ਦੋ ਕੁ ਜੋੜੇ ਆ ਜੀ ਦੋਸਤਾਂ ਨੂੰ ਦੇਣੇ ਆ ਇਨਸ਼ਾਅੱਲਾ ਦੇਣੇ ਵੀ ਐਸੇ ਆ ਕਿ ਯਾਦ ਕਰਨਗੇ ਇਨਸ਼ਾਅੱਲਾ ਮੇਰੀ ਅੱਲਾ ਨੇ ਚਾਹਿਆ ਮਜ਼ਾ ਆਏਗਾ ਜਿਹੜਾ ਜਿਹੜਾ ਬੰਦਾ ਜੋੜੇ ਲੇਗਾ ਐ ਚੈੱਕ ਕਰੋ ਜ਼ਰਾ ਟੈਡੀ ਕਬੂਤਰ ਹੁਣ ਇਹੀ ਟੈਡੀ ਕਬੂਤਰ ਤੁਸੀਂ ਸਖੀ ਪੱਟੀ ਦੇ ਮੁੰਡੇ ਕੋਲ ਪੁੱਛ ਲਓ ਤੁਹ ਠੀਕ ਹੈ ਜੀ ਇਹਦਾ ਪੱਠਾ ਪੱਠੀ 25000 ਰੁਪਏ ਦਾ ਵਾਹ ਇੱਕ ਪਰ ਦਾ ਬੱਚਾ 25000 ਦਾ ਫਲਾਣਾ ਨੰਬਰ ਫਲਾਣਾ ਨੰਬਰ ਆ ਹੁਣ ਇਹ ਵੱਡਾ ਮੇਨ ਬਰੀਡਰ ਕਬੂਤਰ ਆ ਭਾਜੀ ਠੀਕ ਹੈ ਜੀ ਇਹ ਦੇਖੋ ਤਸੱਲੀ ਕਰੋ ਜਰਾ ਸ਼ੌਕ ਕਰੋ ਕਬੂਤਰ ਦੀ ਬੱਚੇ ਕੱਢਦਾ ਬੁੱਤ ਪੌਂਦਾ ਗਾਰੰਟੀ ਦੇ ਨਾਲ ਠੀਕ ਹੈ ਜੀ ਇਹ ਦੇਖ ਲਓ ਹੁਣ ਇਹ ਕਬੂਤਰ ਆ ਵੀਰ ਜੀ ਸਿਰਫ ਕੀ ਇਹ ਮਾਮੂਲੀ ਜਮਤ ਨੂੰ ਛੱਡ ਕੇ ਕੋਈ ਮਹਿਸੂਸ ਨਹੀਂ ਹੁੰਦਾ ਇਹ ਮੈਂ ਦੱਸਿਆ ਵਾ ਮੇਰਾ ਸੂਲ ਆ ਜੀ ਇਮਾਨਦਾਰੀ ਨਾਲ ਕੰਮ ਕਰੋ ਇਮਾਨਦਾਰੀ ਨਾਲ ਚੀਜ਼ ਦਾ ਦੱਸੋ ਠੀਕ ਹੈ ਜੀ ਬਾਕੀ ਨੁਕਸਾ ਲਈ ਸ਼ਾਇਦ ਦੱਸੋ ਵੀ ਆ ਨੁਕਸਾ ਇਹਦੇ ਵਿੱਚ ਹੁਣ ਸਿਰਫ ਪੱਕੇ ਲਕਵੇ ਦਾ ਨੁਕਸਾ ਹੋਰ ਕੋਈ ਨੁਕਸ ਨਹੀਂ ਪੰਜੇ ਚਾ ਕਰ ਲੋ ਸਰ ਠੀਕ ਹੈ ਜੀ ਇਹ ਉਂਗਲੀਆਂ ਕਟੀਆਂ ਨਾਖਨ ਕੱਟੇ ਆ ਨਿਸ਼ਾਨੀ ਲਾਈ ਆ ਬੜਾ ਵੱਡਾ ਕਬੂਤਰ ਆ ਇਹ ਭਾਜੀ ਠੀਕ ਹੈ ਜੀ ਬਾਕੀ ਜਨਾਬ ਜਿਹਦੀ ਸਮਝ ਹੈ ਉਹਨਾਂ ਉਹਨੇ ਹੀ ਲੈਣਾ ਵਾ ਜਿਹਦੀ ਨਾ ਸਮਝ ਆਇਆ ਉਹਨੇ ਨਹੀਂ ਲੈਣਾ ਹੈਗਾ ਲੇਕਿਨ ਮੈਂ ਇਨਸ਼ਾਅੱਲਾ ਗਸ ਕਰੂੰਗਾ ਮناسب ਕੀਮਤ ਦੇ ਵਿੱਚ ਅੱਛਾ ਕਬੂਤਰ ਅਗਰ ਮਿਲੇ ਤੇ ਦੋਸਤਾਂ ਨੂੰ ਇਹੀ ਕਹੂੰਗਾ ਲੈ ਲੋ ਠੀਕ ਹੈ ਜੀ ਇਹ ਨਰਵਾ ਮੈਂ ਤੁਹਾਨੂੰ ਕਬੂਤਰ ਦੋ ਤਿੰਨ ਦੋਹਣਾ ਦੇਖ ਐ ਭਾਈ ਜਾਨ ਉੜੀ ਹੋਈ ਮਾਦੀ ਆ ਜੀ ਐ ਉੜੀ ਹੋਈ ਮਾਦੀ ਆ ਜੀ ਮਾਸ਼ਾਅੱਲਾ ਟੈੜੀਆਂ ਜੋ ਬਣੀ ਉੜੀ ਹੋਈ ਮਾਦੀ ਆ ਇਹਦੀ ਅੱਖ ਚੈੱਕ ਕਰ ਲਓ ਦੇਲਾ ਦੇਖੋ ਕਿੰਨਾ ਬਾਰ ਮੈਂ ਤੁਹਾਨੂੰ ਜਰਾ ਸ਼ੌਕ ਕਰਾ ਰਿਆ ਏ ਇਹ ਚੈੱਕ ਕਰੋ ਦੇਲਾ ਚੈੱਕ ਕਰੋ ਹੁਣ ਇਹ ਮੇਨ ਬਹੁਤ ਅੱਛੇ ਬਰੀਡਰ ਜੋੜੇ ਆ ਜਿਸ ਤੱਕ ਮੇਰਾ ਅੰਦਾਜ਼ਾ ਕਿ ਇਹ ਰਿਜ਼ਲਟ ਵੀ ਬੜਾ ਅੱਛਾ ਦੇਣਗੇ ਠੀਕ ਆ ਜੀ ਕਈ ਦੋਸਤ ਕਹਿੰਦੇ ਉਹ ਚੰਗੇ ਆ ਤੇ ਤੂੰ ਆਪ ਕਿਉਂ ਨਹੀਂ ਰੱਖਦਾ ਤੇਰੇ ਕਬੂਤਰ ਇਦਾਂ ਤੇਰੇ ਇਦਾਂ ਯਾਰ ਇਹਨਾਂ ਗੱਲ ਹੈਗੀ ਮੇਰਾ ਕੰਮ ਆ ਸੇਲ ਪਰਚੇਸ ਕਰਨਾ ਚਿੱਟੇ ਕੰਨਾਂ ਵਾਲੀ ਟੈੜੀ ਦੇ ਇਹ ਪੱਲੇ ਇਹਦੇ ਵੀ ਚੈੱਕ ਕਰ ਲਓ ਦੇਖ ਲਓ ਅਗਰ ਕੋਈ ਕਮੀ ਹੋਵੇ ਕਬੂਤਰਾਂ ਦੀ ਤੇ ਦੱਸਿਓ ਸਰ ਇਹ ਦੇਖ ਲਓ ਕਿੱਡੇ ਬਰੀਕ ਤੀਲੀਆਂ ਲੰਮੇ ਪਰ ਮਾਸ਼ਾਅੱਲਾ ਦੁਮ ਬੰਦ ਫਿਰ ਇਧਰਲਾ ਵੀ ਪੱਲਾ ਚੈੱਕ ਕਰੋ ਇਹ ਦੇਖੋ ਉੜੀ ਹੋਈ ਮਾਦੀ ਆ ਮੈਂ ਤੁਹਾਡੇ ਨਾਲ ਝੂਠ ਨਹੀਂ ਮਾਰਿਆ ਬਹੁਤ ਅੱਛੀ ਉੜੀ ਹੋਈ ਪਰਵਾਜ਼ੀ ਮਾਦੀ ਆ ਠੀਕ ਆ ਜੀ ਇਹਨੂੰ ਆਪਾਂ ਰੰਗ ਲਾ ਦਈਏ ਜੋੜਾ ਨੰਬਰ 1 ਹੁਣ ਮੈਂ ਸ਼ੋਅ ਕਰਾਉਂਦਾ ਵਾਂ ਤਾਂ ਕਿ ਜਿਹੜੇ ਦੋਸਤਾਂ ਨੂੰ ਜੋ ਪਸੰਦ ਆਵੇ ਜਨਾਬ ਉਹ ਰਾਬਤਾ ਕਰ ਸਕਦਾ ਵਾ ਇਹ ਮੈਂ ਨੀਲਾ ਰੰਗ ਲਾਤਾ ਦੋਨਾਂ ਨੂੰ ਨਰ ਨੂੰ ਮਾਦੀ ਨੂੰ ਇੱਕ ਮੈਂ ਤੁਹਾਨੂੰ ਕਰਾਸ ਕਬੂਤਰ ਦਿਖਾਉਂ ਇਹ ਚੈੱਕ ਕਰੋ ਜ਼ਰਾ ਜੋੜਾ ਹੁਣ ਦੇਖੋ ਕਬੂਤਰ ਨੂੰ ਮਹਿਸੂਸ ਨਹੀਂ ਹੋਗਾ ਕਿ ਇਹਨੂੰ ਹਲਕਾ ਜਿਹਾ ਮਾਮੂਲੀ ਜਿਹਾ ਪੱਕਾ ਲਕਵਾਵਾ ਝੋਲਾ ਨਹੀਂ ਪੱਕਾ ਲਕਵਾਤੇ ਇਹ ਮਾਦੀ ਟੈਡੀ ਇਹ ਜੋੜਾ ਬਣ ਗਿਆ ਹੁਣ ਤੁਸੀਂ ਬੱਚਾ ਟੈਡੀ ਲੈਣਾ ਵਾ ਇੱਕ ਪਰ ਦਾ ਠੀਕ ਆ ਤੇ ਦੇਖ ਲਓ ਤੁਹਾਨੂੰ ਕਿੱਡਾ ਮਹਿੰਗਾ ਪੈਣਾ ਵਾ ਠੀਕ ਹੈ ਨਾ ਇੱਕ ਪਰ ਦਾ ਬੱਚਾ ਲੈਣਾ ਵਾ ਤੇ ਕਿੱਡਾ ਮਹਿੰਗਾ ਪੈਣਾ ਤੁਹਾਨੂੰ ਉਹ ਬੱਚੇ ਜਿੰਨੀ ਦਿਨ ਨੂੰ ਵੱਡਾ ਹੋਣਾ ਕਿੰਨੇ ਮਾਰ ਮੁਰ ਜਾਣੇ ਇਹ ਜਿੰਨੀ ਦਿਨ ਨੂੰ ਇਹਨਾਂ ਨੂੰ ਕੁਝ ਮਸਲਾ ਬਣਨਾ ਵੱਡੇ ਕਬੂਤਰ ਨੂੰ ਬਿਮਾਰੀ ਨਹੀਂ ਛੇਤੀ ਪੈਂਦੀ ਜਿੰਨੇ ਮਸਲਾ ਹੁੰਦੀ ਦਿਨ ਨੂੰ 6-7 ਝੋਲੀਆਂ ਦੇ ਦੇਣੀ ਆ ਤੁਹਾਡੀ ਬਰੀਡ ਬਣ ਜਾਣੀ ਇਹ ਮਕਸਦ ਆ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਕ ਹੋਰ ਜੋੜਾ ਸਰ ਜੋੜਾ ਨੰਬਰ 1 ਹੋ ਜੋੜਾ ਨੰਬਰ 2 ਵੀ ਦੇਖੋ ਜੀ ਇਹ ਭਾਈ ਜਨ ਚੈੱਕ ਕਰਿਓ ਜ਼ਰਾ ਮਾਮਦੀਨ 골ਡਨ ਕਬੂਤਰ ਸਰ ਇਹ ਇਹ ਦੇਖੋ ਸਿਰਕ ਕਰੀਜ਼ ਦਾ ਦੇਣ ਲੰਗ ਜਾਵੇ ਇਹ ਕਬੂਤਰ ਕੱਲਾ 15000 ਰੁਪਏ ਦਾ ਕਬੂਤਰ ਜਿਹੜੇ ਮੈਂ ਤੁਹਾਨੂੰ ਬਹੁਤ ਮناسب ਕੀਮਤੇ ਦੇ ਦੇਨੇ ਆ ਇਹ ਚੈੱਕ ਕਰੋ ਜ਼ਰਾ ਮਾਸ਼ਾਅੱਲਾ ਹੁਣ ਦੇਖੋ ਇਸ ਕਬੂਤਰ ਨਾਲ ਤੁਸੀਂ ਟੈਡੀ ਕਬੂਤਰੀ ਨਾਲ ਵੀ ਲਾਗੇ ਤੁਹਾਨੂੰ ਮਜ਼ਾ ਆਏਗਾ ਬੋਸ ਕੀ ਪਲਗ ਯਾਰ ਇਹ ਜੋੜੇ ਨਾ ਛੱਡਣ ਵਾਲੇ ਜੋੜੇ ਹੁੰਦੇ ਆ ਬਾਕੀ ਸਰ ਹਰ ਬੰਦੇ ਨੇ ਆਪਣੀ ਸਮਝ ਨਾਲ ਚੀਜ਼ ਲੈਣੀ ਆ ਮੇਰਾ ਜੋ ਜੋੜੇ ਬਣਾਉਣ ਦਾ ਮਕਸਦ ਇਹ ਹੋਵਾ ਕਿ ਇਹ ਚੈੱਕ ਕਰੋ ਪੱਲੇ ਦੇਖੋ ਮਾਸ਼ਾਅੱਲਾ ਇਹ ਪਰ ਮੈਂ ਕਹਿੰਦਾ ਹੁਣ ਬਰੀਡਿੰਗ ਦੇ ਵਿੱਚ ਇਹ ਪਰ ਇਸਤੇਮਾਲ ਕਰੋ ਸਰ ਇਹ ਜਿਹੜਾ ਪਰ ਹੁਣ ਇਸ ਕਬੂਤਰ ਦਾ ਵਾ ਇਹ ਜਿਹੜਾ ਠੀਕ ਹੈ ਜੀ ਇਹ ਚੈੱਕ ਕਰੋ ਇਹ ਕਬੂਤਰ ਬਿਲਕੁਲ ਐਕਟਿਵ ਹੈਲਦੀ ਮਾਸ਼ਾਅੱਲਾ ਬਰੀਡਰ ਬਹੁਤ ਸ਼ਾਨਦਾਰ ਕਬੂਤਰ ਚੈੱਕ ਕਰੋ ਪੱਲੇ ਅਲਮਦਾ ਵੀ ਚੈੱਕ ਕਰੋ ਤੋਂ ਪੱਲੇ ਇਹ ਇਹ ਦੇਖੋ ਉਸਤਾਦਾਂ ਵਾਲੀਆਂ ਕੜੀਆਂ ਵੀ ਪਈਆਂ ਹੋਈਆਂ ਵਾ ਜਿਹੜੇ ਘਰ ਦੇ ਹੈਗੇ ਆ ਸਰ ਬਹੁਤ ਵੱਡਾ ਕਬੂਤਰ ਹੈ ਕੌੜੀਆਂ ਤੇ ਭਾਜ ਜਾਣਾ ਵਾ ਤਕਲੀਫ ਤਾਂ ਹੁੰਦੀ ਆ ਲੇਕਿਨ ਕਹਿੰਦਾ ਯਾਰ ਚੱਲ ਕੋਈ ਨਹੀਂ ਠੀਕ ਹੈ ਇਹ ਕਬੂਤਰ ਮੈਂ ਹੁਣ ਮਾਦੀ 골ਡਨ ਕਬੂਤਰਾਂ ਨਾਲ ਮਾਦੀ ਵੀ ਮੈਂ 골ਡਨ ਹੀ ਸਿਲੈਕਟ ਕੀਤੀ ਕਿਉਂ ਸਿਲੈਕਟ ਕੀਤੀ ਉਹ ਏਸ ਲਈ ਸਿਲੈਕਟ ਕੀਤੀ ਕਿ ਅਗਰ ਦੋਸਤ ਕਰਾਸ ਪਹਿਲੇ ਬੱਚੇ ਢੋਣਾ ਚਾਹਣ ਉਹ ਟੈਡੀ ਕਬੂਤਰ ਨੂੰ ਇਹਦੇ ਨਾਲ ਲਾ ਲੈਣਾ ਤੇ ਇਹ ਮਾਮਦੀਨ ਕਬੂਤਰ ਨੂੰ ਟੈਡੀ ਮਾਦੀ ਨਾਲ ਲਾ ਲੈਣਾ ਜਾਂ ਇਹਨਾਂ ਦੇ ਪਿਓਰਿਟੀ ਦੇ ਵਿੱਚ ਬੱਚੇ ਕਢਾਓ ਤਾਂ ਆਪਸ ਦੇ ਵਿੱਚ ਜੋੜੇ ਲਾ ਕੇ ਬੱਚਿਆਂ ਤੇ ਜੋੜੇ ਲਾਓ ਇਨਸ਼ਾਅੱਲਾ ਤਾਂ ਵੀ ਉਡਣਗੇ ਇਨਸ਼ਾਅੱਲਾ ਇਨਸ਼ਾਅੱਲਾ ਮੈਂ ਆਪਣੇ ਅੱਲਾਹ ਕੋ ਡਰ ਕੇ ਕਹਿਣਾ ਵਾ ਅੱਲਾਹ ਤਾਲਾ ਇਨਸ਼ਾਅੱਲਾ ਇੱਜ਼ਤ ਰੱਖ ਲੈਂਦਾ ਅਲਹਮਦੁਲਿ ਦੇਖੋ ਪੱਲੇ ਮਾਦੀ ਦੇ ਵੀ ਇਹ ਲੋ ਠੀਕ ਹੈ ਟੈਲੀਫੋਨ ਨੰਬਰ ਵਾਲੀ ਸੀਗੀ ਮਾਦੀ ਆਂਡੇ ਦਿੰਦੀ ਜੀ ਇਹਦੀ ਛੋਲਟੀ ਐਸ ਮਾਦੀ ਦੀ ਠੀਕ ਹੈ ਜੀ ਇਹ ਚੈੱਕ ਕਰ ਲਓ ਬਾਕੀ ਸਰ ਸਮਝ ਹੀ ਆਵੇ 0306 7085028 ਤੇ ਮੇਨਾ ਵਟਸਐਪ ਤੇ ਰਾਬਤਾ ਕਰ ਲਵੋ ਦੋਸਤੋ ਐਡ ਜੋੜੇ ਦੋਨੀ ਤਰਫ ਤੇ ਫਿਰ ਦੇਖ ਲਓ ਜਿਹੜੇ ਭਰਾ ਨੂੰ ਪਸੰਦ ਆਵੇ ਜਨਾਬ ਇਹ ਐ ਲੋ ਇਹ ਦੇਖੋ ਜੀ ਇਹ ਲੋ ਸਰ ਇਹ 골ਡਨ ਜੋੜਾ ਹੋ ਗਿਆ ਜੀ ਸਿਨੈਰੀ ਪੱਲਿਆਂ ਵਾਲਾ ਜੋੜਾ ਚੈੱਕ ਕਰੋ ਕਬੂਤਰ ਦੀ ਖਨੌਣੀ ਬੈਣੀ ਚਿੱਟੇ ਕਰਨ ਵਾਲਾ ਤੇ ਉਹ ਟੈਡੀ ਜੋੜਾ ਹੋ ਗਿਆ ਜੇ ਇਸ ਵੀਰ ਭਰਾ ਨੂੰ ਸਮਝ ਚੌਣ 0306 ਤੇ ਰਾਬਤਾ ਕਰਕੇ ਦੋਨੀ ਜੋੜੇ ਲੈ ਲਿਓ ਇਨਸ਼ਾਅੱਲਾ ਜ਼ਿੰਦਗੀ ਰਹੀ ਮੇਰੀ ਤੇ ਇਨਸ਼ਾਅੱਲਾ ਮੇਰੇ ਭਰਾ ਯਾਦ ਜ਼ਰੂਰ ਕਰਨਗੇ ਇਹ ਦੋ ਜੋੜਿਆਂ ਦੇ ਮੁਤਲਕ ਠੀਕ ਹੈ ਜੀ ਕਿ ਸਾਕੀ ਭਾਈ ਕੋ ਮਨਾਸਬ ਕੀਮਤ ਤੇ ਬਹੁਤ ਅੱਛੇ ਜੋੜੇ ਲੈ ਲੈ ਸੀਗੇ ਬਾਕੀ ਸਰ ਦੁਆਵਾਂ ਜੀ ਯਾਦ ਰੱਖੋ ਇਨਸ਼ਾਅੱਲਾ ਫੇਰ ਮੁਲਾਕਾਤ ਹੋਏਗੀ ਠਹਿਰ ਕੇ ਜ਼ਰਾ ਵੀਡੀਓ ਦੇ ਨਾਲ ਅੱਲਾਹ ਹਫਿਜ਼ ਜਜ਼ਾਕ ਅੱਲਾ